हाँ जी, सत श्री अकाल। की हाल चाल? करते हैं अज का व्लॉग शुरू। टाइम हो गया शाम के 5:30। हमने काम तो आया सीगा, घरे आके चाह चू पी ली है। तो जिवें थोनू पता, क्रिसमस आने वाली है ना 25 दिसंबर न। इधर बाहरले देशों च की रिवाज आ आह क्रिसमस ट्री आ घर लाने का। साढ़े नाल दे सनी नू भी बड़ा शौक सीगा, असी भी लिया रखा सीगा। तो हुण असी उह करन लगे सीगे, क्रिसमस ट्री नू लगे सी सजाउण, है ना। तो इन्ने च सानू बाजार के कुछ काम याद आ गए, तो सानू ऐ सी जिहड़े बाजार वाले काम आ उह करीए, क्योंकि हुण वाले मौसम च थोड़ी सेलां सूलां भी लगदियां, तो एक दो चीज़ां लैण वालियां सी। हुण आपां चलदे आ बाहर नू, तुहानू दिखावांगे भी की लैके आउणे आ। तो मैं लगता उदू बाद चो आके असी हुण क्रिसमस ट्री उह करांगे डेकोरेट। तो एक बार हुण आह तुसीं देख लो, इत्थे खलारा पिया होया। ਅਸੀਂ ਚੱਲੇ ਹਾਂ ਵਿਜ਼ਨ, ਇਹ ਮਤਲਬ ਇਲੈਕਟ੍ਰੋਨਿਕ ਸਟੋਰ ਆ ਕੈਨੇਡਾ 'ਚ। ਅਤੇ ਉੱਥੋਂ ਅਸੀਂ ਸੋਚਦੇ ਸੀ ਕਈ ਟਾਈਮ ਪਹਿਲਾਂ ਬਈ ਆਪਾਂ ਨਾ ਡੈਸ਼ ਕੈਮ ਲੈਣਾ, ਕਿਉਂਕਿ ਸਨੋਅ ਵਿੱਚ ਨਾ ਜਿਵੇਂ ਐਕਸੀਡੈਂਟ ਵਾਲੇ ਹੁੰਦੇ ਆ, ਅਤੇ ਗਲਤੀ ਦਾ ਪਤਾ ਨਹੀਂ ਲੱਗਦਾ ਕਦੀ ਕਿਸੇ ਦਾ ਬਈ ਕੀ ਕਿਹੜੀ ਗਲਤੀ ਹੈ ਕੀ ਨਹੀਂ, ਹੈ ਨਾ। ਅਤੇ ਡੈਸ਼ ਕੈਮ 'ਚ ਉਹ ਸਾਰਾ ਕੁਛ ਰਿਕਾਰਡ ਹੋ ਜਾਂਦਾ ਹੈ, ਅਤੇ ਜ਼ਰੂਰੀ ਚੀਜ਼ ਹੈ। ਇਸ ਲਈ ਅਸੀਂ ਉੱਥੇ ਚੱਲੇ ਹਾਂ, ਅਤੇ ਕਹਿੰਦੇ ਹੈਗੇ ਹਾਂ ਬਈ ਉੱਥੇ ਸੇਲਾਂ ਕਾਫੀ ਲੱਗਦੀਆਂ ਇਸ ਟਾਈਮ ਇਹ 'ਚ, ਅਤੇ ਦੇਖਦੇ ਹਾਂ ਜੇ ਕੋਈ ਵਧੀਆ ਜਿਹੀ ਡੀਲ ਮਿਲਦੀ ਹੋਈ ਤਾਂ ਜ਼ਰੂਰ ਚੱਕਾਂਗੇ ਉੱਥੋਂ। ਲਓ ਜੀ, ਵਿਜ਼ਨ ਪਹੁੰਚ ਗਏ ਹਾਂ। ਇੱਥੇ ਮਾਸਕ ਮੰਡੇਟਰੀ ਹੈ ਕੈਨੇਡਾ 'ਚ ਹਜੇ ਵੀ ਹਰੇਕ ਸਟੋਰ 'ਚ। ਅਤੇ ਅਜੇ ਵੇਖਦੇ ਹਾਂ ਕੀ ਲੈਂਦੇ ਇੱਥੋਂ ਆਪਾਂ। ਹਾਂਜੀ, ਲੱਭ ਗਈ ਹੈ ਸਾਰੀ ਚੀਜ਼ ਜਿਹੜੀ ਆਪਾਂ ਲੱਭਦੇ ਫਿਰਦੇ ਸੀ। ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ, ਇਹਦੇ ਵਿੱਚ ਸਕਰੀਨ ਹੁੰਦੀ ਹੈ ਅਤੇ ਆਹ ਕੈਮਰੇ ਲੱਗਿਆ, ਹੈ ਨਾ, ਜਿਵੇਂ ਅਤੇ ਰਿਕਾਰਡ ਕਰਦਾ ਸਾਰੀ ਕੁਛ, ਜਿੱਦਾਂ ਸੇਫਟੀ ਲਈ ਯੂਜ਼ ਕਰ ਸਕਦੇ ਹਾਂ। ਲੈ ਲਿਆ ਸਨੀ ਨੇ ਡੈਸ਼ ਕੈਮ, ਹੁਣ ਲੋਕਾਂ ਦੀ ਵੀਡੀਓ ਬਣਾਉਂਦਾ ਫਿਰੂਗਾ ਸੜਕਾਂ 'ਤੇ। ਅਤੇ ਆਪਾਂ ਲੈ ਲਿਆ ਯਾਰ ਡੈਸ਼ ਕੈਮ, ਘਰ ਜਾ ਕੇ ਕਰਾਂਗੇ ਇਹਦੀ ਅਨਬੋਕਸਿੰਗ, ਦੇਖਦੇ ਹਾਂ ਕੀ ਨਿਕਲਦਾ ਇਹ 'ਚੋਂ। ਹਾਂਜੀ, ਬਾਜ਼ਾਰ ਵਾਲੇ ਸਾਰੇ ਨਿੱਕੇ ਮੋਟੇ ਕੰਮ ਮੈਂ ਨਿਬੇੜ ਲਏ ਆ, ਅਤੇ ਹੁਣ ਚੱਲੇ ਹਾਂ ਘਰੇ। ਫਿਰ ਤੁਹਾਨੂੰ ਦਿਖਾਉਂਦੇ ਹਾਂ ਕੀ ਕੁਛ ਲੈ ਕੇ ਆਏ ਹਾਂ, ਥੋੜ੍ਹਾ ਬਹੁਤਾ ਕ੍ਰਿਸਮਸ ਦਾ ਸਮਾਨ ਜਾ, ਅਤੇ ਇੱਕ ਉਹ ਡੈਸ਼ ਕੈਮ ਜਿਹੜਾ ਆਪਾਂ ਉੱਥੋਂ ਵਿਜ਼ਨ ਵਾਲਿਆਂ ਦੇ ਲੈ ਕੇ ਆਏ ਹਾਂ। ਮਿਲਦੇ ਹਾਂ ਘਰੇ ਜਾ ਕੇ। ਜੀ, ਤੇ ਘਰੇ ਆ ਗਏ ਹਾਂ, ਅਤੇ ਹੁਣ ਕਰਦੇ ਹਾਂ ਥੋੜ੍ਹੀ ਦੇਰ ਅਨਬੋਕਸਿੰਗ ਜਿਹੜਾ ਅਸੀਂ ਲੈ ਕੇ ਆਏ ਹਾਂ ਡੈਸ਼ ਕੈਮ, ਅਤੇ ਫਿਰ ਫਿਟਿੰਗ ਵੀ ਕਰਾਂਗੇ ਗੱਡੀ 'ਚ ਉਹਦੀ, ਅਤੇ ਦੇਖਦੇ ਹਾਂ। ਨਾਲ ਸਾਨੂੰ ਇਹ ਵੀ ਲੈਣਾ ਪਿਆ, ਕਹਿੰਦੇ ਉਹਦੇ ਵਿੱਚ ਕੁਛ ਇਨਬਿਲਟ ਨਹੀਂ ਹੈਗਾ। ਉਹ ਕਰਨ ਤੋਂ ਬਾਅਦ ਫਿਰ ਆਪਾਂ ਕਰਾਂਗੇ ਟ੍ਰੀ ਦਾ ਕੰਮ, ਆਪਾਂ ਟ੍ਰੀ ਵੀ ਸਜਾਉਣਾ ਆ, ਕ੍ਰਿਸਮਸ ਆ ਰਿਹਾ ਆ। ਆਓ ਜੀ, ਫਿਰ ਕਰਦੇ ਹਾਂ ਆਪਾਂ ਆਪਣੀ ਅਨਬੋਕਸਿੰਗ। ਅਤੇ ਇਹ ਹੈਗਾ ਟੂਲ ਜਿਹਦੇ ਨਾਲ ਆਪਾਂ ਕਰੀ ਦੀ ਆ ਅਨਬੋਕਸਿੰਗ, ਮਤਲਬ ਅੱਜ ਤੋਂ ਕਰਿਆ ਕਰਾਂਗੇ ਜਿਹਦੇ ਨਾਲ। ਇਹ ਹੈਗਾ ਪੀਸੀ ਆਪਟੀਮਮ ਵਾਲਿਆਂ ਦਾ, ਫ੍ਰੀ ਮਿਲਿਆ ਜੀ, ਵੈਸੇ ਇੰਨਾ ਕੁਛ ਖਾਸ ਨਹੀਂ। ਚਲੋ ਦੇਖੀਏ ਫਿਰ ਇਹਦੇ ਵਿੱਚੋਂ ਕੀ ਨਿਕਲਦਾ। ਬਿਲਡ ਕੁਆਲਿਟੀ ਵੀ ਵਧੀਆ ਆ, ਟਫ ਆ, ਲੱਗ ਰਿਹਾ ਆ। ਬਾਕੀ ਜਦੋਂ ਆਪਾਂ ਇਹਨੂੰ ਗੱਡੀ ਦੇ ਲਾਵਾਂਗੇ, ਅਟੈਚ ਕਰਾਂਗੇ, ਉਦੋਂ ਵੀ ਤੁਹਾਨੂੰ ਵੀਡੀਓ ਦਿਖਾ ਦਾਂਗੇ ਵੀ ਕਿੱਦਾਂ ਦਾ ਲੱਗਦਾ ਆ, ਕਿੱਦਾਂ ਦਾ ਨਹੀਂ। ਤੇ ਜਿਹੜਾ ਕੀ ਇਹ ਆ, ਇਹ ਮਤਲਬ ਵੀ ਇੱਥੇ ਲੱਗੂਗਾ, ਤੂੰ ਕੀ ਕਹਿੰਦਾ ਇੱਥੇ ਲੱਗੂਗਾ? ਓਕੇ, ਸੋ ਇੱਥੋਂ ਆਪਾਂ ਐਡਜਸਟ ਕਰ ਸਕਦੇ ਹਾਂ, ਟਾਈਟ ਹੋ ਜਾਊਗਾ ਇਹ ਜਾਂ ਢਿੱਲਾ ਹੋ ਜਾਊਗਾ, ਸੋ ਕੁਛ ਇੱਦਾਂ ਦਾ ਲੱਗੂਗਾ। ਬ੍ਰਿਟਿਸ਼ ਕੋਲੰਬੀਆ ਕੈਨੇਡਾ, ਪਿਛਲੇ ਸੰਡੇ ਤੋਂ ਇੱਥੇ ਹੈਵੀ ਰੇਨ ਕਰਕੇ ਮੱਡ ਸਲਾਈਡਸ, ਐਵਲਾਂਚਸ, ਅਤੇ ਸੜਕਾਂ ਟੁੱਟ ਗਈਆਂ, ਬ੍ਰਿਜ ਟੁੱਟ ਗਏ, ਹੈ ਨਾ। ਕਲੋਨੇ ਤੋਂ ਵੈਨਕੂਵਰ 350 ਕਿਲੋਮੀਟਰ ਪੈਂਦਾ, ਅਤੇ ਉਹ ਸਾਰਾ ਰਾਹ
मतलब डिसकनैक्ट हो चुके हैं बिच एबर्ट्सफर्ड ये सुनया होना कई ने उत्थे हड़ आ चुके हैं फ्लड है ना ते होर जिहड़ा अपना कोका हिल आ मतलब बहुत मशहूर पहाड़ी है जिथे मतलब बहुत बहुत डेंजरस रोड आ जिहड़ा ते उत्थों भी कई रोड टुट गए ने मतलब उही मेन जिवें रास्ता कह सकदे आपां भी जिहड़ा हैगा आ वैंकूवर तो इतने तक का काफ़ी डिलवरियां रुकिया हुई सानू कई अपने फ्रेंडों को पता लगे जो मतलब गैस स्टेशन पर भी लगे हुए हैं बई गैस की भी प्रॉब्लम आ रही है तो इसलिए हूँ उन्होंने कहा भी अपनी गड्डिया का टैंक फुल करा लो तो इसलिए आप जावे तो गड्डी का टैंक फुल करा के लेके आवेंगे यदा कोई पता नहीं भी गैस मुक् जूगी म गैस मतलब पेट्रोल डीजल भी मुक् जूगी के होजू यदि सप्लाई पर फिर भी फॉर द सेफ साइड असं चाहते हैं भी आपकी गड्डी के टैंक टुंक फुल करा लीए क्योंकि कई गैस स्टेशन से ऑलरेडी गैस खत्म हो चुकी है बिकॉज रोड टुटे हुए सारिया सिटियां एक दूजे तो डिसकनैक्ट हो चुकी हैं तो गैस की सप्लाई पिछों नहीं आ रही तो कई गैस स्टेशन से थोड़ी बहुत ही मतलब पेट्रोल डीजल हजे बाकी है असी फोन करके एक पूछा वो कहें भी साढ़े हजे चल रहे पंप फिर हम मैं लगता भी सानू करा लेनी चाहिए सारे जने हम की करी जाते हैं बी प्रीमियम गैस न रेगुलर दे रेट से बेची जाते हैं तो वैसे नुकसान तो कोई नहीं है इंजन से फिर भी आप देख लेंगे जो हो पा लेंगे कोई चक्कर नहीं है तो हम एक बार जोड़े गैस स्टेशन फोन किया उ चल के देखते हैं लाइन लगियाँ ज की जा की तो बाद चो ना थोड़ा दिखाने एक बार करा ले गड्डी टैंकियाँ फुल मिलते हैं सनी ना दरअसल पहले दिन एक आदत है ये मैं तुम दसदा ठंड होवे ना जदों जदों पूरी ठंड होंदी है ते रात दा टाइम रात दे वजे हुण जिवें हुण वज गए 11 बजन वाले आ ठंड उत्तों रात दा टाइम उदों इहदे कोई कीड़े उठदे आ कीड़े कहदे उठदे आ दूर जाके कुछ खाण दे तुरके जाण दे इदा का कुछ है ना हूँ असी आए तो तेल भरा हूँ कहता इतों 10 किलोमीटर बर्गर किंग नू पा मैं क्या भी आप मैकडोनल्ड के कोल खड़े हाँ भी इतों आप मैकडोनल्ड खा लें नहीं 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 इन्हों का उही जूनियर चिकन ये वो ये उत्थे पा मैं क्या उतों जो कई कद खाँदा उत्थे कहूगा वो यार अज इन्होंने बर्गर मिठा करता आ सॉस नहीं वधिया पाई अज मैं बर्गर ते हुण इहनू 15 किलोमीटर जाना भी मैं वो दूजा बर्गर खाना वह भी इहनू सवाद नहीं लगता इत्थों वाला ये सगन शौक ना खांदा ये हुण इहने खाना नहीं इहदे कीड़े जिहड़े ने रात नू ठंड च एड्डी दूर जाण दे हुण तुसीं कहोगे भी गड्डी तां जाना यार गड्डी जाना पर टाइम यार ऐ ना करो यार तुसीं समझो यार मेरे जज्बात समझो तुसीं मेरे जज्बात समझो इहदे कीड़े मारन वाले ये पता नहीं कि मारनगे कीड़े कूड़े कोई नहीं हैगे वैसे ही मरी जांदा आ चल हों भी बंद चल माड़ा मोटा गेड़ा गुड़ा मरी गया सारे दिन का घूमते फिरते होने ऑर्डर कर ला चल कर ला सनी मैं लगता हूँ पहला व्लॉग बहुत आना हूँ ऐ कर जाते जाते एक बार सारा कोई चुटकला चटकला सुना चुटकला है एक बारी बी एक औरत होंदी आ ते ओ अपने अपने घर वाले कोल जांदी उहदा घर वाला सुत्ता पिया हुंदा घर वाले नूं जाके कहिंदी आ उठ जो जी सवेर हो गई मैं रोटी लाउणी आ दो तीन बारी कहिंदी आ अक के घर वाला कहिंदा ला ला रोटी मैं तवे तों सुत्ता पिया गल उहदी सही आ जिहड़ा तवे तों सुत्ता सीगा जे तूं रोटी लाउणी आ तूं आपदी रसोई च ला ला तो इस दे नाल ही आपां करिए पहले व्लॉग का एंड एक जरूरी गल जरूर कर ली है ना थोड़े नाल जरूरी गल यह है कि बई ये साड़ी पहली वीडियो आ पर आखिरी नहीं पर तुसीं जानदे ही हो क्योंकि नवा नवा बंदा वीडियो बनाउण लगा या कुछ भी करन लगा हिचकिचाउंदा उदां ही साडे नाल भी आ मड़ा गुरी ज्यादा करदा आ पर कोई चक्कर नहीं हाँ जी तो जिदा मतलब पहली वीडियो आ साडी असी थोड़ा जहा संग बनते हैं पर कोई चक्कर नहीं तुम भी सपोर्ट करते रहोंगे तो नवा नवा कंटेंट भी लेके आते रहेंगे हासे पवाते रहेंगे खुशियां आदि रहे चेहरे से ही बाकी गुरी दसदा थोनू बस यही कहना सीगा जी भी हजे कॉन्फिडेंस लैवल थोड़ा घट है वीडियो पहली है चैनल पहली बार शुरू करा तो आ सारा सिस्टम भी साढ़े लिए नवा है ना तो हौली हौली कॉन्फिडेंस भी बिल्ड होजू कंटेंट भी बिल्ड होजू बनाने का तरीका भी तो
बाकी एंटरटेनमेंट भी जिहड़े लई तुसीं साडे ना व्लॉग देखा करोगे जां हुण देखा हां जी ते बस नवीं नवीं चीजां दसांगे तुहानूं कनेडा बारे भी दसांगे अपने बारे भी दसांगे नवीं नवीं जे कोई होर चीज लेके आवांगे भी ते ओह भी दिखावांगे तुहानूं हुण नाले स्नो पैण वाली आ साडे इत्थे ਤੇ ਉਹਦੇ ਵਾਲੇ ਵਲੌਗ ਵੀ ਆ ਕਰਨਗੇ ਸਨੋਹ ਵਾਲੇ ਵੀ ਕਿਤੇ ਦੂਰ ਨੇੜੇ ਗਏ ਉਹ ਵੀ ਟਰੈਵਲ ਵਲੌਗ ਵੀ ਆ ਜਾਇਆ ਕਰਨਗੇ ਕੋਈ ਚੀਜ਼ ਨਵੀਂ ਬਾਏ ਕਰਦੇ ਹਾਂ ਜਾਂ ਕਿਤੇ ਕੋਈ ਲਾਂਚ ਹੁੰਦੀ ਆ ਉਹਦੇ ਬਾਰੇ ਵੀ ਕੋਈ ਮਾੜੀ ਮੋਟੀ ਨੌਲੇਜ ਜਿੰਨੀ ਕੁ ਸਾਨੂੰ ਪਤਾ ਓਨੀ ਅਸੀਂ ਚੈਨਲ 'ਤੇ ਪਾਇਆ ਕਰਾਂਗੇ ਜਿਹੜਾ ਪਿੱਛੇ ਘਰ ਦੇਖ ਰਹੇ ਹੋ ਸਾਡਾ ਘਰ ਆ ਪਰ ਅਸੀਂ ਕਿਰਾਏ 'ਤੇ ਰਹਿੰਦੇ ਹਾਂ ਘਰ ਸਾਡਾ ਪਰ ਅਸੀਂ ਕਿਰਾਏ 'ਤੇ ਰਹਿੰਦੇ ਹਾਂ ਕੋਈ ਨਹੀਂ ਲੈ ਲਾਂਗੇ ਹੌਲੀ ਹੌਲੀ ਇਹ ਹਾਂਜੀ ਹਾਂਜੀ ਅਤੇ ਹੋਰ ਗੱਲ ਇੱਕ ਬਹੁਤ ਜ਼ਰੂਰੀ ਮੇਨ ਨੋਟਿਸ ਕਰਕੇ ਬਈ ਜਿਹੜੀ ਵਲੌਗ ਦੇਖ ਕੇ ਸਿੱਖੀ ਆ ਜਿਹੜੀ ਕਿ ਬਾਹਲੀ ਜ਼ਰੂਰੀ ਹੁੰਦੀ ਆ ਬਹੁਤ ਜ਼ਰੂਰੀ ਆ ਬਈ ਹਿੱਟ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਹੜੀ ਉਹ ਜਿਹੜੀ ਥੱਲੇ ਘੰਟੀ ਆਉਂਦੀ ਆ ਉਹਨੂੰ ਜ਼ਰੂਰ ਵਜਾ ਦਿਓ ਤਾਂ ਕਿ ਤੁਹਾਨੂੰ ਨਵਾਂ ਨਵਾਂ ਸਾਡਾ ਕੰਟੈਂਟ ਜਦੋਂ ਵੀ ਆਊਗਾ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੂਗੀ ਚੰਗਾ ਫਿਰ ਮਿਲਦੇ ਹਾਂ ਅਗਲੀ ਵਾਰੀ ਕਿਸੇ ਨਵੇਂ ਵਲੌਗ ਨਾਲ ਕੋਈ ਨਵੇਂ ਇੰਟਰਟੇਨਮੈਂਟ ਨਾਲ ਚੰਗਾ ਜੀ ਮਿਲਦੇ ਹਾਂ ਅਗਲੀ ਵਾਰੀ ਫਿਰ